अस्सलाम वालेकुम चाचा, की हाल है तुहाडा? ते नमाज पढ़ रहे हो, रोजा खोलिया तुसी घरों बाहर, ते इस उम्रे भी क्यों मेहनत करदे पे हो? बेटा मेहनत करनी चाहिदी है। हां लेकिन फिर धीआ पुत्र जदों जवान हो जांदे ने ते फिर उम्र ते आराम करन दिंदी है। बेटा मेनू आंदे ने ना जा, लेकिन मैं घर आवां तां ठीक नहीं रहिंदा। ਕਿਹੜੀ ਮਜਬੂਰੀ ਹੈ ਜਿਹੜੀ ਘਰੋਂ ਬਾਹਰ ਇੰਜ ਇਫਤਾਰੀ? ਕੋਈ ਮਜਬੂਰੀ ਨਹੀਂ, ਸ਼ੁਕਰ ਆ ਪਿਛਲੇ ਸਾਰ ਅੱਲਾ ਨੇ। ਅੱਛਾ ਮਾਸ਼ਾਅੱਲਾ। ਤੇ ਜ਼ਿੰਦਗੀ ਕੈਸੀ ਗੁਜ਼ਰੀ ਹੈ? ਜ਼ਿੰਦਗੀ ਪੁੱਤਰ ਬਾਲ ਸਾਹਿਬ ਬਿਲਕੁਲ ਛੋਟਾ ਜਿਹਾ ਹੈਗਾ, ਉਹਦੇ ਦੁਨੀਆ ਰਵਾਨਾ ਹੋ ਗਿਆ। ਅੱਛਾ। ਤੇ ਇੱਕ ਮੇਰੀ ਭੈਣ ਆ। ਹਾਂ ਇੱਕੋ ਹੀ ਇੱਕੋ ਹੀ ਭੈਣ ਹੈ? ਇੱਕੋ ਭੈਣ ਹੈ ਇੱਕੋ ਭਰਾ। ਅੱਛਾ ਤੁਸੀਂ ਦੋ ਹੀ ਭੈਣ ਭਰਾ ਜੀ? ਹਾਂਜੀ। ਅੱਛਾ ਤੇ ਵਾਲਦਾ ਸਾਡੀ ਮਾਸ਼ਾਅੱਲਾ ਯਾ ਆ ਗਿਆ। ਅੱਛਾ ਮਾਸ਼ਾਅੱਲਾ। ਹਾਂ ਉਹਨੂੰ ਵੀ ਅੱਲਾ ਨੇ ਆਪ ਕਰਾਇਆ। ਅੱਛਾ ਇਹ ਵੱਡਾ ਜੀ ਕੀ ਕਹਿੰਦੇ? ਕਿੰਨੀ ਉਮਰ ਹੋ ਗਈ ਵਾਲਦਾ ਸਾਹਿਬਾ ਦੀ? ਮੇਰਾ ਖਿਆਲ ਹੈ 80 ਸਾਲ। ਅੱਛਾ ਠੀਕ ਹੈ। ਤੇ ਕੋਈ ਜ਼ਿੰਦਗੀ ਤੋਂ ਗਿਲਾ ਸ਼ਿਕਵਾ? ਪੂਰੀ ਜ਼ਿੰਦਗੀ ਦਾ ਸ਼ੁਕਰ ਕੀਤਾ। ਅਗਰ ਵੇਖਿਆ ਜਾਵੇ ਤੇ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਰੁਪਈਆ ਵੀ ਹੈ ਵੇ, ਉਹਨਾਂ ਨੂੰ ਅੱਲਾ ਨੇ ਐਸੀਆਂ ਬਿਮਾਰੀਆਂ ਲਾ ਦਿੱਤੀਆਂ ਨੇ ਕਿ ਉਹ ਜੋ ਖਾਣਾ ਚਾਹੁੰਦੇ ਨੇ ਖਾ ਨਹੀਂ ਸਕਦੇ। ਠੀਕ ਹੈ। ਜੋ ਉਹਨਾਂ ਦਾ ਦਿਲ ਕਰਦਾ ਹੈ ਉਹ ਕਰ ਨਹੀਂ ਸਕਦੇ, ਸਫ਼ਰ ਨਹੀਂ ਕਰ ਸਕਦੇ। ਤੇ ਤੁਸੀਂ ਇਸ ਉਮਰ ਦੇ ਵਿੱਚ ਵੀ ਛਾਬਾ ਲਾ ਕੇ ਤੇ ਫੇਰ ਹੀ ਲਾ ਰਹੇ ਜੇ ਅੱਲਾ ਨੇ ਸਿਹਤ ਤੰਦਰੁਸਤੀ ਦਿੱਤੀ ਹੈ ਤੇ ਇਹ ਅੱਲਾ ਦੀ ਵੱਡੀ ਨਿਮਤ ਹੈ ਕਿ ਪੈਸਾ ਵੱਡੀ ਨਿਮਤ ਹੈ? ਕੋਈ ਬਾਤ ਨਹੀਂ, ਦੋ ਬੱਚੇ ਆਪਸ ਜਵਾਨੀ ਚ ਕਰਦੇ ਸੀ ਜਦੋਂ ਅਕਸਰ ਲੋਕ ਕਹਿ ਦਿੰਦੇ ਨੇ ਕਿ ਅੱਲਾ ਨੇ ਕੀ ਜ਼ਿੰਦਗੀ ਦਿੱਤੀ ਸਾਨੂੰ। ਜ਼ਿੰਦਗੀ ਤੇ ਅਮੀਰਾਂ ਦੀ ਹੈ ਜਿਨ੍ਹਾਂ ਕੋਲ ਪੈਸਾ ਵੀ ਹੈ, ਜਿਨ੍ਹਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ, ਹੈ ਹਰ ਚੀਜ਼ ਉਹਨਾਂ ਨੂੰ ਮਿਲ ਜਾਂਦੀ ਹੈ, ਮੂੰਹ ਚੋਂ ਕੱਢਦੇ ਨੇ ਤੇ ਮਿਲ ਜਾਂਦੀ ਹੈ। ਤੇ ਫਿਰ ਜਦੋਂ ਅੱਲਾ ਨਾਲ ਗਿਲਾ ਸ਼ਿਕਵਾ ਕੀਤਾ ਤੇ ਫਿਰ ਉਹਦੇ ਤੋਂ ਬਾਅਦ ਅੱਲਾ ਨੇ ਉਹਦੇ ਬਦਲੇ 'ਚ ਕੀ ਦਿੱਤਾ? ਸਿਹਤ? ਅੱਲਾ ਨੇ ਭੁੱਖਿਆ ਨਹੀਂ ਰਹਿਣ ਦਿੱਤਾ ਵੀ, ਮੇਹਨਤ ਕੀਤੀ ਹੈ ਬਹੁਤ ਔਰ ਹਾਲੇ ਵੀ ਕਰ ਰਹੇ ਜੇ ਔਰ ਹਾਲੇ ਵੀ ਕਰ ਰਹੇ ਤੇ ਅੱਲਾ ਤਾਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਔਰ ਜਿੰਨੀ ਵੀ ਅੱਲਾ ਨੇ ਤੁਹਾਡੀ ਜ਼ਿੰਦਗੀ ਲਿਖੀ ਹੈ ਉਹ ਸਿਹਤ ਔਰ ਤੰਦਰੁਸਤੀ ਦੇ ਨਾਲ ਹੀ ਹੋਵੇ। ਮੈਂ ਤੁਹਾਨੂੰ ਵੇਖਿਆ ਇੱਥੇ, ਮੈਂ ਇੱਥੇ ਕੱਪੜਾ ਡਾਈ ਕਰਾ ਰਹੀ ਸਾਂ, ਮੈਂ ਤੁਹਾਨੂੰ ਵੇਖਿਆ ਤੇ ਮੈਂ ਰੁਕ ਗਈ ਹਾਂ, ਰੁਕ ਕੇ ਮੈਂ ਨਿਕਲ ਗਈ ਸਾਂ ਅੱਗੇ, ਫਿਰ ਮੈਂ ਵਾਪਸ ਆਈ ਹਾਂ। ਮੈਂ ਕਿਹਾ ਮੇਰਾ ਦਿਲ ਕਰਦਾ ਮੈਂ ਚਾਚੇ ਨੂੰ ਪੁੱਛਾਂ ਕਿ ਚਾਚਾ ਸੜਕ 'ਤੇ ਬੈਠਾ ਹੈ, ਛਾਬਾ ਲਾਇਆ ਹੈ, ਨਮਾਜ਼ ਪੜ੍ਹਦਾ ਪਿਆ ਵੇ ਅਤੇ ਅੱਲਾ ਦਾ ਸ਼ੁਕਰ ਅਦਾ ਕਰ ਰਿਹਾ ਹੈ ਇਸ ਹਾਲਤ ਦੇ ਵਿੱਚ ਵੀ। ਸ
सब तो वड्डी अल्लाह दी नेमत पता की है चाचा, सेहत ਉਹ ਅੱਲਾ ਨੇ ਦਿੱਤੀ ਹੈ ਨਾ, ਤੇ ਤੁਸੀਂ ਲੱਖਾਂ ਕਰੋੜਾਂ ਨਾਲੋਂ ਬਿਹਤਰ ਜੀ। ਬਿਲਕੁਲ ਬਿਲਕੁਲ। ਤੇ ਜੇ ਤੁਹਾਡੇ ਕੋਲ ਲੱਖਾਂ ਕਰੋੜਾਂ ਰੁਪਈਆ ਹੁੰਦਾ ਤੁਸੀਂ ਮੰਜੀ ਤੋਂ ਹੀ ਨਾ ਉੱਠ ਸਕਦੇ, ਅੱਲਾ ਕੋਈ ਐਸੀ ਬਿਮਾਰੀ ਲਾ ਦਿੰਦਾ। ਉਹ ਕਿਸ ਕੰਮ ਕਿਸੇ ਕੰਮ ਨਹੀਂ। ਤੇ ਫਿਰ ਅੱਲਾ ਤਾਲਾ ਅਗਰ ਕੁਝ ਲੈਂਦਾ ਹੈ ਤੇ ਕੁਝ ਦਿੰਦਾ ਵੀ ਹੈ। ਹਾਂ ਬਿਲਕੁਲ, ਨਹੀਂ ਦਿੰਦਾ ਬੜਾ। ਹਾਂ ਅਗਰ ਉਹਨੇ ਪੈਸਾ ਸਮਝੋ ਨਹੀਂ ਦਿੱਤਾ, ਜ਼ਮੀਨ ਜਾਇਦਾਦ ਨਹੀਂ ਦਿੱਤੀ ਤੇ ਉਹਨੇ ਸੇਹ ਦਿੱਤੀ। ਸੇਹ ਦਿੱਤੀ ਆ ਤੇ ਖਾਣ ਪੀਣ ਤੋਂ ਬਾਅਦ ਵੀ ਰੱਖਿਆ। ਹਾਂ ਪੁੱਤਰ ਸ਼ੁਕਰ ਆ ਮਕਾਨ ਪਾਏ ਨੇ, ਸਾਰਾ ਕੁਛ ਅੱਲਾ ਨੇ ਦਿੱਤਾ। ਬੜਾ ਹੀ ਕੁਛ ਆ, ਬੜਾ ਹੀ ਕੁਛ ਆ, ਵਾਧੂ ਆ, ਸਾਡੇ ਤੋਂ ਵਾਧੂ ਸਭ ਕੁਛ ਆਪਣੇ ਕੋਲ। ਅੱਲਾ ਤੁਹਾਨੂੰ ਰਾਜ਼ੀ ਰੱਖੇ। ਡੰਗਰ ਵੀ ਰੱਖੇ ਨੇ, ਮੱਝਾਂ ਵੀ ਹੈਗੀਆਂ ਨੇ, ਛੋਟੇ ਭਾਰੂ ਵੀ ਹੈਗੇ ਨੇ। ਪੁੱਤਰ ਅਸੀਂ ਹੋਰ ਵੀ ਰੱਬ ਤੋਂ ਲਈਏ, ਅਸੀਂ ਆਉਂਦੇ ਹਾਂ ਬਹੁਤ ਹੀ ਦੌਲਤ ਵਾਲੇ ਬੜਾ ਹੋ ਗਏ। ਮਰਦੀ ਸਹੀ ਗੱਲ ਹੈ, ਉਹਨੂੰ ਉਹਨੂੰ ਸਮਝ ਹੀ ਨਹੀਂ ਆਉਂਦੀ, ਉਹ ਲਾਲਚ ਵਿੱਚ ਪੈ ਜਾਂਦਾ ਵੇ ਕਿ ਅਗਰ ਇਹ ਲੱਖ ਹੈ ਤੇ ਦੋ ਹੋ ਜਾਵੇ, ਦੋ ਹੈ ਤੇ ਚਾਰ ਹੋ ਜਾਵੇ। ਤੇ ਅੱਲਾ ਉਹਨਾਂ ਹੀ ਦੇਵੇ ਜਿੰਨਾ ਇੱਜ਼ਤ ਦੇ ਨਾਲ ਖਾ ਲਈਏ ਤੇ ਸਿਹਤ ਦੇ ਦੇਵੇ, ਹੋਰ ਕੁਛ ਨਹੀਂ ਚਾਹੀਦਾ। ਜਿਉਂਦੇ ਵਸਦੇ ਰਹੋ। ਬੜੀਆਂ ਬੜੀਆਂ ਰਾਮਤਾ ਪੁੱਤਰ, ਬੜੀਆਂ ਹੀ ਰਾਮਤਾ, ਇਹ ਹੋਰ ਕੀ ਰਾਮਤਾ। ਅੱਲਾ ਤਾਲਾ ਤੁਹਾਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਬਸ ਮੈਂ ਇਹ ਵੇਖ ਕੇ ਤੇ ਰੁਕ ਗਈ ਸਾਂ ਤੇ ਹੁਣ ਮੈਂ ਚੱਲਨੀ ਆ। ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ ਹੈ, ਤੁਸੀਂ ਮੇਰੇ ਪਿਓ ਦੀ ਜਗ੍ਹਾ ਤੇ ਹੋ ਤੇ ਬਸ ਦੁਆ ਕਰਨਾ।